ਨਰਮੇ ਦੀ ਬਿਜਾਈ ਸ਼ੁਰੂ ਹੋ ਗਈ। ਆਪਾਂ ਤਾਂ ਬੀਜੀ ਜਾਂਦੇ ਹਾਂ ਬਈ ਕਿਹਨੇ ਕਿਹਨੇ ਬੀਜਤਾ, ਸਵਾ ਕਿੱਲਾ ਇੱਧਰ ਬੀਜਤਾ, 2 ਕਿੱਲੇ ਉਹ ਬੀਜਤੇ, 4 ਕਿੱਲੇ ਆਹ ਬਾਹਣ ਤਿਆਰ ਕੀਤਾ ਪਿਆ ਬੀਜੀ ਜਾਂਦੇ ਹਾਂ। ਆ ਫਿਰ ਤਾਂ ਆਪਣਾ ਟਰੈਕਟਰ ਦੇਖੋ ਬਈ, ਟਰੈਕਟਰ ਕਿਵੇਂ ਲੱਗਦਾ ਗਾ। ਕਮੈਂਟ ਕਰਕੇ ਦੱਸਿਓ ਬਈ ਕਿੰਨੇ ਨੰਬਰ ਦੇਣਾ ਚਾਹੋਗੇ ਤੁਸੀਂ ਓੜਿਆਂ ਨੂੰ। ਵੱਡਾ ਭਰਾ ਬੀਜੀ ਜਾਂਦਾ ਗਾ, ਕਹਿੰਦਾ ਮੈਂ ਬਾਹਲੇ ਸਿੱਧੇ ਓੜੇ ਕੱਢਦਾ, ਤੁਸੀਂ ਦੱਸਿਓ ਕਿੰਨੇ ਕੁ ਸਿੱਧੇ ਹੈਗੇ। ਆਪਾਂ ਕਹਿ ਕੇ ਬੰਦ ਕਰਾਇਆ ਸੀਗਾ, ਫਿਰ ਕਾਪੀਰਾਈਟ ਆ ਜਾਂਦਾ ਬਈ ਵੀਡੀਓ 'ਤੇ, ਤਾਂ ਕਰਕੇ ਇਹ 'ਚ ਰਾਸ਼ੀ ਦਾ 73 ਬੀਜਿਆ ਗਾ, ਇੱਧਰ ਸਿਮਸਮ ਬੀਜਿਆ। ਆ ਦੇਖ ਲਓ ਕੋਈ ਡੈੱਕ ਚੱਲਦਾ, ਡਿਟੇਲ 'ਚ ਵੀਡੀਓ ਬਣਾ ਦਾਂ ਇੱਕ ਦਿਨ ਸਾਰੇ ਟਰੈਕਟਰ 'ਤੇ ਕੀ ਮੋਡੀਫਾਈ ਕੀਤਾ ਗਾ। ਆਹ ਵਰਾਇਟੀ ਬੀਜੀ ਹੋਈ ਇੱਕ ਸਿਮਸਮ ਦੀ, ਦੂਜਾ ਆਹ ਬੀਜਿਆ ਗਾ 773, ਇੱਕ ਆਹ ਬੀਜਿਆ ਗਾ 926। ਪਤਾ ਲੱਗ ਜੂ ਕੀ ਰਿਜ਼ਲਟ ਹੈ, ਕਿ ਸੁੰਡੀ ਪੈਂਦੀ ਹੈ ਕਿ ਨਹੀਂ। ਲਓ ਜੀ ਆ ਗਏ ਕੱਲ੍ਹ ਵਾਲੇ ਥਾਂ 'ਤੇ, ਕੱਲ੍ਹ ਬੀਜ ਗਏ ਸੀਗੇ 2 ਕਿੱਲੇ ਆਹ ਪੱਟੀ 'ਚ। ਕੱਲ੍ਹ ਆਥਣ ਹੋ ਗਿਆ ਸੀਗਾ, ਹਨੇਰਾ ਹੋ ਗਿਆ ਸੀ, ਤਾਂ ਕਰਕੇ ਕੁਛ ਪਤਾ ਨਹੀਂ ਲੱਗਦਾ ਸੀਗਾ। ਆਹ ਹੁਣ ਲੱਗ ਗਏ ਬੀਜਣ ਦੁਬਾਰੇ, 2 ਕਿੱਲੇ ਥਾਂ ਰਹਿ ਗਿਆ ਇੱਧਰ। ਇਸ ਚਾਹ ਵੀ ਬੀਜਾਂਗੇ ਆਪਾਂ ਰਾਸ਼ੀ ਦਾ 776। ਇੱਥੇ ਪਹਿਲਾਂ ਨਰਮਾ ਸੀਗਾ, ਉਹ ਕੋਠੇ ਦੀ ਸੇਧ ਵੱਟ ਸੀਗੀ, ਡੱਗੀ ਦੇ ਨਾਲ ਕਿੱਲਾ ਨਰਮਾ ਸੀਗਾ, ਨਰਮੇ ਵਾਲੀ ਥਾਂ 'ਤੇ ਆਹ ਬੀਜਾਂਗੇ 776। ਪਿਛਲੇ ਸਾਲ ਵੀ ਇਸੇ ਨੇ ਬੀਜਿਆ ਸੀਗਾ ਨਰਮਾ, ਉਹੀ ਮਾਰਤੀ ਡਚਲੀ ਤੁਹਾਨੂੰ।